ਦੋਸਤੋ, ਵਰਲਡ ਕੱਪ ਜਿੱਤਣ ਤੋਂ ਬਾਅਦ ਸਾਰੇ ਖਿਡਾਰੀ ਆਪਣੇ ਆਪਣੇ ਘਰਾਂ ਦੇ ਲਈ ਰਵਾਨਾ ਹੋ ਗਏ। ਕਈਆਂ ਦੇ ਬਹੁਤ ਵੱਡੇ ਤਗੜੇ ਸਵਾਗਤ ਕੀਤੇ ਗਏ, ਜਿਵੇਂ ਕਿ ਸਿਰਾਜ, ਅਰਸ਼ਦੀਪ ਅਤੇ ਹੋਰ ਵੀ ਬਹੁਤ ਖਿਡਾਰੀ, ਰੋਹਿਤ ਸ਼ਰਮਾ ਅਤੇ ਇੱਕ ਨਾਮ ਆ ਜਸਪ੍ਰੀਤ ਬੁਮਰਾਹ। ਘਰ ਪੁੱਜਣ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਇੱਕ ਫੋਟੋ ਸਾਂਝੀ ਕੀਤੀ ਆਪਣੀ ਮਾਤਾ ਜੀ ਦੇ ਨਾਲ, ਜਿੱਥੇ ਕਿ ਸਿੱਧੂ ਮੂਸੇਵਾਲ ਦਾ ਡੀਅਰ ਮਾਮਾ ਗਾਣਾ ਲੱਗਿਆ ਹੋਇਆ। ਜਸਪ੍ਰੀਤ ਬੁਮਰਾਹ ਨੇ ਕਿਹਾ ਸੀ ਕਿ ਮੈਂ ਸਿੱਧੂ ਮੂਸੇਵਾਲ ਨੂੰ ਸੁਣਦਾ ਹਾਂ ਅਤੇ ਸਿੱਧੂ ਮੂਸੇਵਾਲ ਦਾ ਹੀ ਗਾਣਾ ਲੱਗਿਆ ਹੋਇਆ ਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਹਾਂ। ਸੋ ਇਸ ਨੂੰ ਸ਼ੇਅਰ ਕਰ ਦਿਓ ਦੋਸਤੋ। ਅਤੇ ਅਰਸ਼ਦੀਪ ਸਿੰਘ ਦਾ ਵੀ ਸਵਾਗਤ ਹੋਇਆ ਮੋਹਾਲੀ ਦੇ ਵਿੱਚ, ਬਹੁਤ ਤਗੜਾ, ਦੇਖਿਓ ਜ਼ਰੂਰ ਉਹ ਵੀਡੀਓ, ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ 'ਚ ਉਸਦਾ ਲਿੰਕ ਪਾਤਾ ਆ। ਬਾਕੀ ਮਿਲਦੇ ਹਾਂ ਮੂਸੇਵਾਲ ਜੱਟ ਤੋਂ ਰਿਲੇਟਿਡ ਹੋਰ ਅਪਡੇਟਸ ਲੈ ਕੇ। ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ।